ਪਹਿਲਾਂ ਦੱਸੋ ਫਿਲਮ ਕਿਵੇਂ ਲੱਗੀ ਤੁਹਾਨੂੰ? ਸੋਰੀ, ਅਸੀਂ ਕੋਸ਼ਿਸ਼ ਕੀਤੀ ਸੀ ਇਸ ਵਾਰੀ ਥੋੜ੍ਹੀ ਜਿਹੀ ਕਿ ਫੈਮਿਲੀ ਨੂੰ ਲੈ ਕੇ ਆਉਂਦਾ ਜਾਵੇ ਫਿਲਮ ਦੇ ਵਿੱਚ, ਕਿ ਮੇਰੇ ਮਦਰ ਨਾਲ ਆਏ ਨੇ ਉਹਨਾਂ ਨੂੰ ਵੀ ਮਜ਼ਾ ਆਵੇ ਦੇਖਿਆ ਜਾਣਾ। ਅਤੇ ਅਮਰਜੀਤ ਭਾਈ ਨੇ ਬਹੁਤ ਵਧੀਆ ਲਿਖਿਆ ਫਿਲਮ ਨੂੰ, ਸੋ ਵਧੀਆ ਗੁੱਡ। ਹਾਂਜੀ ਹਾਂਜੀ, ਥੈਂਕ ਯੂ ਭਾਜੀ। ਹੁਣ ਬਸ ਵੇਟ ਆ ਕਿ ਸਾਰੀ ਆਡੀਅੰਸ ਨੂੰ ਵੀ ਉੱਦਾਂ ਹੀ ਲੱਗੇ ਵਧੀਆ, ਉਹਨਾਂ ਨੂੰ ਮਜ਼ਾ ਆਵੇ ਦੇਖ ਕੇ। ਐਂਡ ਇਹੀ ਕੋਸ਼ਿਸ਼ ਹੁੰਦੀ ਆ, ਕਿਉਂਕਿ ਜਦੋਂ ਫਿਲਮ ਬਣ ਜਾਂਦੀ ਆ, ਫਿਲਮ ਬਣਾਉਣ ਵਾਲੇ ਨੂੰ ਨਹੀਂ ਪਤਾ ਹੁੰਦਾ, ਫਿਲਮ ਦੇਖਣ ਵਾਲੇ ਨੂੰ ਪਤਾ ਹੁੰਦਾ। ਸੋ ਮੈਨੂੰ ਉਮੀਦ ਆ ਕਿ ਸਾਰੇ ਦਰਸ਼ਕ ਬਹੁਤ ਪਿਆਰ ਦੇਣਗੇ। ਨਹੀਂ, ਉਹ ਮਨੀਸ਼ ਸਰ ਹੈਗੇ। ਮਨੀਸ਼ ਸਰ ਕਿੱਥੇ? ਮਨੀਸ਼ ਸਰ ਜਦੋਂ ਕਰਦੇ ਨੇ ਸ਼ੂਟ ਤਾਂ ਉਹ ਬਹੁਤ ਉਹਨਾਂ ਨੂੰ ਵਧੀਆ ਲੱਗਦਾ, ਬਹੁਤ ਉਹ ਇਸ ਚੀਜ਼ 'ਚ ਬਹੁਤ ਮਾਹਿਰ ਨੇ। ਸੋ ਮੇਰੇ ਨਾਲੋਂ ਜ਼ਿਆਦਾ ਜ਼ੋਰ ਸਾਡੇ ਡਾਇਰੈਕਟਰ ਮਨੀਸ਼ ਸਰ ਦਾ ਲੱਗਦਾ ਐਕਸ਼ਨ ਦੇ ਵਿੱਚ। ਸੋ ਵਧੀਆ, ਹਾਂਜੀ ਥੋੜ੍ਹਾ ਅੱਗੇ ਹੋ ਜਾਓ ਮੰਮੀ, ਥੋੜ੍ਹਾ ਅੱਗੇ ਹੋ ਜਾਓ। ਬੜੀਆਂ ਯਾਦਾਂ ਨੇ ਏਦਾਂ, ਮਤਲਬ ਮੈਨੂੰ ਇਸ ਟਾਈਮ ਏਦਾਂ ਲੱਗਦਾ ਕਿ ਯਾਰ ਤੁਸੀਂ ਦੱਸੋ ਤੁਹਾਨੂੰ ਫਿਲਮ ਕਿਵੇਂ ਲੱਗੀ, ਕੀ ਤੁਹਾਡੇ ਇਮੋਸ਼ਨਸ ਆ, ਕੀ ਤੁਹਾਨੂੰ ਲੱਗਿਆ? ਥੈਂਕ ਯੂ ਕਰਦੀ ਹਾਂ ਮਨੀਸ਼ ਸਰ ਦਾ, ਜਿਨ੍ਹਾਂ ਨੇ ਮੇਰੇ 'ਤੇ ਇੰਨਾ ਜ਼ਿਆਦਾ ਬਿਲੀਵ ਦਿਖਾਇਆ। ਐਂਡ ਉਹ ਮੇਰੇ ਨਾਲ ਹੀ ਬੈਠੇ ਸੀ ਅਤੇ ਮੈਂ ਆਈ ਵਾਜ਼ ਲਾਈਕ ਕਰਾਈਂਗ ਸਾਰੀ ਉਸ ਚੀਜ਼ ਦੇ ਵਿੱਚ, ਆਪਣੇ ਆਪ ਨੂੰ ਇੰਨੇ ਵੱਡੇ ਪਰਦੇ 'ਤੇ ਦੇਖ ਕੇ। ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਦਾ ਸੁਪਨਾ ਲੈਂਦੇ ਹੋ ਅਤੇ ਤੁਹਾਨੂੰ ਉਹ ਚੀਜ਼ ਉਹ ਤੋਂ ਪੂਰੀ ਹੁੰਦੀ ਹੈ, ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਯਾਦ ਆ ਜਾਂਦੀਆਂ ਕਿ ਕਿੱਥੋਂ ਮੈਂ ਸ਼ੁਰੂ ਹੋਈ ਸੀ, ਅੱਜ ਮੈਂ ਕਿੱਥੇ ਪਹੁੰਚੀ ਹਾਂ। ਅਤੇ ਤੁਹਾਡੀ ਸਪੋਰਟ ਤੋਂ ਬਗੈਰ, ਆਡੀਅੰਸ ਦੀ ਸਪੋਰਟ ਤੋਂ ਬਗੈਰ ਅਸੀਂ ਕੁਛ ਵੀ ਨਹੀਂ ਹਾਂ। ਸੋ ਪਲੀਜ਼ ਤੁਸੀਂ ਸਾਡੀ ਮੂਵੀ ਜ਼ਰੂਰ ਦੇਖਿਓ। ਤੁਹਾਨੂੰ ਕਿਵੇਂ ਲੱਗ ਰਹੀ ਸੀ, ਕੈਮਿਸਟਰੀ ਕਿਵੇਂ ਲੱਗ ਰਹੀ ਸੀ, ਤੁਸੀਂ ਦੱਸੋ? ਮੈਂ ਤਾਂ ਕੰਮ ਕੀਤਾ ਉਹਨਾਂ ਦੇ ਨਾਲ, ਤੁਹਾਨੂੰ ਕਿਵੇਂ ਲੱਗ ਰਿਹਾ ਸੀ ਸਾਡਾ ਆਨ ਸਕ੍ਰੀਨ? ਵਧੀਆ ਲੱਗੀ ਤੁਹਾਨੂੰ? ਫਿਰ ਤਾਂ ਬਹੁਤ ਵਧੀਆ ਗੱਲ ਹੈ ਜੇ ਤੁਹਾਨੂੰ ਪਸੰਦ ਆਈ, ਤਾਂ ਉਮੀਦ ਹੈ ਕਿ ਆਡੀਅੰਸ ਲਾਈਕ ਕਰੇਗੀ। ਪਹਿਲਾਂ ਤਾਂ ਮੈਂ ਥੈਂਕਸ ਕਰਨਾ ਚਾਹੁੰਦਾ ਸਾਡੇ ਪ੍ਰੋਡਿਊਸਰ ਜਿੱਦਾਂ ਥਿੰਦ ਮੋਸ਼ਨ ਪਿਕਚਰਸ ਐਂਡ ਜੈਪ ਸਟੂਡੀਓਜ਼, ਰਣਜੀਤ ਸਿੰਘ ਭਾਅ ਜੀ ਉਹਦੇ 'ਚ, ਅਤੇ ਰਵੀ ਭੈਣ ਅਤੇ ਜੈਕ ਪਰਾਏ ਭਾਅ ਜੀ, ਕਿਉਂਕਿ ਅਸੀਂ ਜੋ ਵੀ ਚੀਜ਼ ਉਹਦੇ ਵਿੱਚ ਸੋਚੀ ਸੀ ਕਿ ਜਿੱਦਾਂ ਐਕਸ਼ਨ ਦੇ ਵਿੱਚ ਕਰਨੀ ਆ,
ਉਹਨਾਂ ਨੇ ਉੱਦਾਂ ਹੀ ਪ੍ਰੋਵਾਈਡ ਕੀਤੀ ਆ, ਉਹ ਬੜੀ ਵੱਡੀ ਗੱਲ ਹੁੰਦੀ। ਅਮਰਜੀਤ ਭਾਈ ਨੇ ਇਹਦੇ ਸਕਰੀਨ ਪਲੇ ਦੇ ਡਾਇਲੋਗਸ ਲਿਖੇ ਆ, ਸੋ ਜਿੰਨੇ ਇਮੋਸ਼ਨਸ ਜਾਂ ਜਿੰਨੇ ਤੁਸੀਂ ਸੀਨ ਦੇਖ ਰਹੇ ਹੋ ਉਹਨਾਂ ਦੇ ਲਿਖੇ ਹੋਏ ਨੇ, ਉਹ ਤੁਸੀਂ ਉਹ ਮਹਿਸੂਸ ਕਰ ਪਾਓਗੇ। ਸੋ ਜਿਹੜਾ ਵਿਜੂਅਲ ਟ੍ਰੀਟਮੈਂਟ ਆ ਕਿ ਇੱਕ ਚੀਜ਼ ਦੇਖ ਕੇ ਤੁਹਾਨੂੰ ਸਵਾਦ ਆਵੇ, ਉਹ ਮਨੀਸ਼ ਸਰ ਤੁਹਾਨੂੰ ਪਤਾ ਕਿ ਉਸ ਚੀਜ਼ 'ਚ ਮਾਹਿਰ ਨੇ, ਉਹਦੇ 'ਚ ਉਹਨਾਂ ਦਾ ਕੋਈ ਕੰਪੀਟੀਸ਼ਨ ਨਹੀਂ ਹੈਗਾ, ਕਿ ਉਹ ਉਸ ਚੀਜ਼ ਨੂੰ ਇੱਡੇ ਦਿਲੋਂ ਕਰਦੇ ਆ, ਇੱਡੀ ਸ਼ਿੱਦਤ ਨਾਲ ਕਰਦੇ ਆ। ਅਤੇ ਸਾਡੇ ਨੀਰਜ ਭਾਅ ਜੀ ਜਿਨ੍ਹਾਂ ਨੇ ਸਿਨਮੈਟੋਗ੍ਰਾਫੀ ਇਸ ਫਿਲਮ ਦੀ ਜਿਹੜੀ ਤੁਸੀਂ ਦੇਖਦੇ ਹੋ ਵੱਡੇ ਵੱਡੇ ਸ਼ੋਟ, ਸੋ ਨੀਰਜ ਭਾਅ ਜੀ ਅਤੇ ਮਨੀਸ਼ ਸਰ ਦੋਨੋਂ ਮਿਲ ਕੇ ਜਦੋਂ ਕਰਦੇ ਤਾਂ ਫਿਰ ਇੱਦਾਂ ਦੀ ਚੀਜ਼ ਵਧੀਆ ਕਮਾਲ ਨਿਕਲ ਕੇ ਆਉਂਦੀ ਆ। ਸੋ ਆਈ ਰੀਅਲੀ ਐਪਰੀਸ਼ੀਏਟ, ਅੱਜ ਮੇਰਾ ਥੈਂਕਸ ਕਰਨ ਦਾ ਦੇਣਾ, ਮੇਰਾ ਜੀ ਕਰਦਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂ। ਤੁਸੀਂ ਆਏ, ਤੁਸੀਂ ਫਿਲਮ ਦੇਖੀ, ਸਾਰੀ ਕਾਸਟ ਆਈ ਐਂਡ ਵਧੀਆ ਲੱਗਿਆ। ਥੈਂਕ ਯੂ ਸੋ ਮਚ। ਮੈਂ ਪੁੱਛਿਆ ਨਹੀਂ, ਪੁੱਛ ਲਓ ਇਹਨਾਂ ਨੂੰ, ਮੈਂ ਪੁੱਛਿਆ ਨਹੀਂ ਹਾਲੇ। ਚਲੋ ਕੋਈ ਗੱਲ ਨਹੀਂ, ਨਾ ਤੁਸੀਂ ਨਾ ਹੀ ਪੁੱਛੋ। ਸੋ ਤੁਸੀਂ ਗੁਰਦੀਪ ਜੀ ਨੂੰ ਪੁੱਛੋ, ਕਿਉਂਕਿ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ। ਪਹਿਲਾਂ ਤਾਂ ਥੈਂਕ ਯੂ, ਮੇਰਾ ਪਹਿਲਾਂ ਤਾਂ ਆਪਣੀ ਟੀਮ ਨੂੰ ਥੈਂਕ ਯੂ ਕਰਨ ਨੂੰ ਦਿਲ ਕਰਦਾ। ਮਨੀਸ਼ ਸਰ, ਆਪਣੀ ਫਿਲਮ ਨੂੰ ਦੇਖਦੇ ਹੋਏ ਬੜਾ ਇੰਜੋਏ ਕੀਤਾ ਮੈਂ, ਅਤੇ ਐਂਡ 'ਤੇ ਮੇਰਾ ਟਿਸ਼ੂ ਹਾਲੇ ਤੱਕ ਵੀ ਮੇਰੇ ਹੱਥ 'ਚ ਗਿਆ। ਥੈਂਕ ਯੂ ਸੋ ਮਚ ਆਂਟੀ। ਅਤੇ ਮੇਰੇ ਲੱਗਦਾ ਜੋ ਇਹਨਾਂ ਨੇ ਫੀਲ ਕੀਤਾ ਉਹ ਤੁਸੀਂ ਵੀ ਸਾਰਿਆਂ ਨੇ ਦੇਖਦੇ ਹੋਏ ਫੀਲ ਕੀਤਾ ਹੋਣਾ। ਅਤੇ ਹਾਂ, ਆਹ ਦੇਖੋ ਮੇਰਾ ਟਿਸ਼ੂ ਹਾਲੇ ਵੀ ਮੇਰੇ ਹੱਥ 'ਚ ਗਿਆ। ਹਾਂਜੀ, ਨਹੀਂ ਸਵਾਲ ਤਾਂ ਕੋਈ ਨਹੀਂ ਆਇਆ, ਪਰ ਮੈਂ ਪੂਰੀ ਟੀਮ ਦੀ ਮਿਹਨਤ ਸੀ ਜਾਂ ਐਕਸ਼ਨ ਸੀ, ਕਿਉਂਕਿ ਮੈਂ ਐਕਸ਼ਨ ਬਹੁਤ ਘੱਟ ਦੇਖਿਆ, ਮੈਂ ਸਿਰਫ ਇੱਕੋ ਹੀ ਸੀਨ ਐਕਸ਼ਨ ਸ਼ੂਟ ਹੁੰਦਿਆਂ ਦੇਖਿਆ। ਅਤੇ ਉਹ ਮੈਨੂੰ ਲੱਗਿਆ ਕਿ ਇੱਦਾਂ ਦੀ ਚੀਜ਼ ਪਹਿਲਾਂ ਪੰਜਾਬੀ ਸਿਨੇਮੇ 'ਚ ਆਈ ਨਹੀਂ ਆ। ਸੋ ਮੈਨੂੰ ਬੜਾ ਉੱਥੇ ਬੈਠ ਕੇ ਮਾਣ ਵੀ ਮਹਿਸੂਸ ਹੋ ਰਿਹਾ ਸੀਗਾ ਕਿ ਇੰਨੇ ਸੋਹਣੇ ਪ੍ਰੋਜੈਕਟ ਦਾ ਜਾਂ ਇੰਨੀ ਸੋਹਣੀ ਚੀਜ਼ ਦਾ ਜਾਂ ਇੱਕ ਉਹ ਫਿਲਮ ਜਿਹਦੀ ਇਗਜ਼ਾਮਪਲ ਦਿੱਤੀ ਜਾਊਗੀ ਕਿ ਇੰਨਾ ਸੋਹਣਾ ਐਕਸ਼ਨ ਪੰਜਾਬੀ ਫਿਲਮਾਂ 'ਚ ਜਾਂ ਪੰਜਾਬੀ ਸਿਨੇਮੇ 'ਚ ਹੋਇਆ, ਅਤੇ ਮੈਂ ਉਸ ਚੀਜ਼ ਦਾ ਹਿੱਸਾ। ਕੈਰੀ ਭਾਅ ਜੀ, ਇਹਨਾਂ ਦਾ ਬਹੁਤ ਸ਼ੁਕਰੀਆ, ਪਹਿਲੀ ਕਾਲ ਇਹਨਾਂ ਦੀ ਆਈ ਸੀਗੀ ਮੈਨੂੰ ਕਿ ਤੁਸੀਂ ਫਿਲਮ ਕਰਨੀ ਆ, ਅਤੇ ਬਹੁਤ ਸ਼ੁਕਰੀਆ ਭਾਅ ਜੀ ਦਾ। ਮੈਨੂੰ, ਮੈਂ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੀ ਹਾਂ, ਅਤੇ ਮੈਨੂੰ ਸੀਗਾ ਕਿ ਜੋ 10 ਸਾਲਾਂ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਕਿ ਸਿਨੇਮਾ ਇੱਦਾਂ ਦਾ ਹੋਣਾ ਚਾਹੀਦਾ ਜਾਂ ਇੱਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ, ਅਤੇ ਇਹ ਪਰਮਾਤਮਾ ਦੀ ਕਿਰਪਾ ਮੈਂ ਸਮਝੂੰਗੀ ਕਿ ਜਦੋਂ ਮੈਨੂੰ ਮੇਰੇ ਹਿੱਸੇ ਕੋਈ ਫਿਲਮ ਆਈ ਆ ਤਾਂ ਉੱਦਾਂ ਦੀ ਹੀ ਫਿਲਮ ਆਈ ਆ ਜਿੱਦਾਂ ਦਾ ਸਿਨੇਮਾ ਜਿਹਦੇ ਬਾਰੇ ਅਸੀਂ ਪਿਛਲੇ 10 ਸਾਲਾਂ ਤੋਂ ਗੱਲ ਕਰਦੇ ਆ ਰਹੇ ਸੀਗੇ ਕਿ ਫਿਲਮਾਂ ਜਾਂ ਸਿਨੇਮਾ ਇੱਦਾਂ ਦਾ ਹੋਣਾ ਚਾਹੀਦਾ। ਸੋ ਨਹੀਂ, ਸੁਧਾਰ ਤਾਂ ਨਹੀਂ ਆ, ਹਾਂ ਸਿਨੇਮੇ 'ਤੇ ਸੰਵਾਦ ਕਰ ਸਕਦੇ ਹਾਂ ਅਸੀਂ। ਤੁਸੀਂ ਕੀ ਕਹਿਣਾ ਚਾਹੋਗੇ?
ਨਹੀਂ ਇਹ ਪਹਿਲਾਂ ਬੜੇ ਸਾਲਾਂ ਤੋਂ ਹੋ ਰਹੀ ਹੈ, ਇਹ ਨਹੀਂ ਕਿ ਇਹੀ ਸਿਰਫ ਪਹਿਲੀ ਚੰਗੀ ਪੰਜਾਬੀ ਫਿਲਮ ਆਈ ਆ, ਇਸ ਤੋਂ ਪਹਿਲਾਂ ਬਹੁਤ ਚੰਗੀਆਂ ਪੰਜਾਬੀ ਫਿਲਮਾਂ ਆਈਆਂ ਨੇ ਜਿਨ੍ਹਾਂ ਨੇ ਬੈਂਚ ਮਾਰਕ ਸੈੱਟ ਕੀਤਾ ਜਾਂ ਜਿਹੜੀਆਂ ਪੰਜਾਬੀ ਸਿਨੇਮੇ ਦਾ ਕਲਟ ਬਣੀਆਂ ਨੇ। ਪਰ ਮੈਨੂੰ ਖੁਸ਼ੀ ਇਹ ਆ ਕਿ ਇਹ ਉਹ ਪੰਜਾਬੀ ਸਿਨੇਮੇ ਦੀ ਫਿਲਮ ਆ, ਜਿਵੇਂ ਆਪਾਂ ਚੰਗੀਆਂ ਫਿਲਮਾਂ ਦੀ ਗੱਲ ਕਰ ਰਹੇ ਹਾਂ ਜਾਂ ਜਿਨ੍ਹਾਂ ਦੀ ਇਗਜ਼ਾਮਪਲ ਦਿੱਤੀ ਜਾਊਗੀ ਆਉਣ ਵਾਲੇ ਟਾਈਮ 'ਚ। ਜੇ ਐਕਸ਼ਨ ਜੋਨਰ ਦੀ ਅਸੀਂ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਜੇ ਜੱਟ ਵਿਗੜ ਗਿਆ ਹੁਣ ਤੱਕ ਦਾ ਬੈਸਟ ਐਕਸ਼ਨ ਹੋਇਆ ਸਿਨੇਮੇ ਦੇ ਵਿੱਚ ਤਾਂ ਵਧੀਆ, ਬਹੁਤ ਸੋਹਣਾ। ਕਿਉਂਕਿ ਮੈਂ ਅਤੇ ਦੀਪ ਨੇ ਬਹੁਤ ਘੱਟ ਸੀਨ, ਮੈਨੂੰ ਲੱਗਦਾ ਇੱਕੋ ਹੀ ਇੱਕ ਜਾਂ ਦੋ ਸੀਨ ਇਕੱਠਿਆਂ ਪਰਫੋਰਮ ਕੀਤੇ ਨੇ, ਅਤੇ ਬਾਕੀ ਸਾਰੀ ਫਿਲਮ ਬਾਕੀ ਮੇਰੇ ਲਈ ਸਰਪ੍ਰਾਈਜ਼ ਸੀ। ਮੈਂ ਅਤੇ ਜੈ ਭਾਜੀ ਨੇ ਜਿੰਨਾ ਕੰਮ ਕੀਤਾ ਜਾਂ ਅਮਨ ਭਾਜੀ ਉਹਨਾਂ ਦੇ ਨਾਲ ਜਿੰਨਾ ਕੰਮ ਸੀ, ਮੈਂ ਉਨੀ ਕੀ ਫਿਲਮ ਦੇਖੀ ਸੀ। ਬਾਕੀ ਮੈਂ ਐਕਸ਼ਨ ਦੇਖ ਕੇ ਮੈਂ ਆਪ ਬਹੁਤ ਹੈਰਾਨ ਹੋ ਰਹੀ ਸੀ ਕਿ ਇੰਨਾ ਸੋਹਣਾ ਐਕਸ਼ਨ ਹੋਇਆ ਫਿਲਮ ਦਾ ਅਤੇ ਇੰਨੀ ਮਿਹਨਤ ਲੱਗੀ ਹੈ। ਸਟੋਰੀ ਰੇਡੀ ਹੋਤੀ ਹੈ ਠੀਕ ਹੈ, ਤੋ ਫਿਰ ਹਮ ਉਸ ਪੇ ਕਾਮ ਕਰਨਾ ਸ਼ੁਰੂ ਕਰ ਦੇਤੇ ਹੈ। ਤੋ ਐਸਾ ਕੁਛ ਨਹੀਂ ਕਿ, ਲੇਕਿਨ ਇਹ ਕਿ ਹਮ ਦੋਨੋਂ ਨਾ ਇੱਕ ਦੂਸਰੇ ਕੇ ਇਸ਼ਾਰੇ ਵੀ ਸਮਝਤੇ ਹੈ, ਤੋ ਹਮਾਰੀ ਬੌਂਡਿੰਗ ਬੜੀ ਅੱਛੀ ਹੈ, ਮੁਝੇ ਐਸਾ ਲੱਗਤਾ ਹੈ। ਤੋ ਹਮ ਔਰ ਕੰਫਰਟੇਬਲ ਬਹੁਤ ਇੱਕ ਦੂਸਰੇ ਕੇ ਸਾਥ ਕਾਮ ਕਰਨੇ ਮੇਂ, ਔਰ ਜੈਸੇ ਅਗਰ ਹਮ ਐਕਸ਼ਨ ਕਰਤੇ ਹੈ ਤੋ ਉਸੇ ਮਾਰਸ਼ਲ ਆਰਟ ਆਤਾ ਹੈ, ਤੋ ਕਈ ਸਾਰੀ ਚੀਜ਼ ਸਮਝਾਨੀ ਨਹੀਂ ਪੜਤੀ, ਉਹ ਪਹਿਲੇ ਸੇ ਰੈਡੀ ਹੈ, ਮਤਲਬ ਮੁਝੇ ਇੱਕ ਤਿਆਰ ਆਰਟਿਸਟ ਮਿਲਾ ਰੈਡੀਮੇਡ, ਮੁਝੇ ਖਾਲੀ ਸ਼ੂਟ ਕਰਨਾ ਹੈ, ਮੇਰੇ ਇਤਨਾ ਸਿੰਪਲ ਹੈ। ਯਾਰ ਭਾਜੀ ਨੇ ਬੜਾ ਸਪੋਰਟ ਕੀਤਾ, ਥੈਂਕਸ ਟੂ ਅਮਰਿੰਦਰ ਗਿੱਲ ਭਾਜੀ ਯਾਰ, ਉਹਨਾਂ ਨੇ ਟ੍ਰੇਲਰ ਵੀ ਐਪਰੀਸ਼ੀਏਟ ਕੀਤਾ ਸੀ, ਉਹਨਾਂ ਨੇ ਇਸ ਫਿਲਮ ਦੀ ਬਾਹਰ ਐਡਵਾਂਸ ਬੁਕਿੰਗ ਵੀ ਉਹ ਵੀ ਸ਼ੇਅਰ ਕੀਤੀ, ਐਂਡ ਰਿਦਮ ਬੋਇਜ਼ ਆਲਰੇਡੀ ਸਾਡੀ ਫਿਲਮ ਬਾਹਰ ਡਿਸਟ੍ਰੀਬਿਊਟ ਕਰ ਰਿਹਾ। ਸੋ ਬਹੁਤ ਸ਼ੁਕਰੀਆ ਭਾਜੀ ਦਾ। ਹਾਂਜੀ ਤੁਸੀਂ ਉਹ ਦੇਖੇ ਉਹਨਾਂ ਦੇ ਗਾਣੇ? ਹਾਂਜੀ ਹਾਂਜੀ, ਉਹਨਾਂ ਦੇ ਹਾਂਜੀ ਹਾਂਜੀ ਉਹੀ ਬਹੁਤ ਵਧੀਆ। ਉਹਨਾਂ ਨੇ ਪਹਿਲੀ ਵਾਰੀ ਉਹਨਾਂ ਨੇ ਕਿਹਾ ਮੈਂ ਕਿਸੇ ਪੰਜਾਬੀ ਫਿਲਮ ਦੇ ਵਿੱਚ ਗਾਣਾ ਦੇ ਰਿਹਾ, ਕਿ ਕਹਿੰਦੇ ਉੱਧਰਲਾ ਪੰਜਾਬ ਵੀ ਸਾਡਾ ਹੀ ਪੰਜਾਬ ਆ, ਅਤੇ ਸਾਡੇ ਲਈ ਬੜੀ ਵੱਡੀ ਗੱਲ ਆ। ਇਹਦਾ ਕ੍ਰੈਡਿਟ ਸਾਰਾ ਸਾਡੇ ਪ੍ਰੋਡਿਊਸਰਸ ਨੂੰ ਜਾਂਦਾ, ਕਿਉਂਕਿ ਉਹਨਾਂ ਨੇ ਅਪਰੋਚ ਕੀਤਾ ਸੀਗਾ ਬਿਲਾਲ ਬਿਲਾਲ ਭਾਈ ਨੂੰ। ਸੋ ਆਈ ਐਮ ਰੀਅਲੀ ਥੈਂਕਫੁਲ ਕਿ ਉਹਨਾਂ ਦਾ ਗਾਣਾ ਆ, ਐਂਡ ਬਾਕੀ ਜਿੰਨੇ ਵੀ ਆਰਟਿਸਟ ਬਾਕੀ ਨੇ, ਵਰਿੰਦਰ ਬਰਾੜ ਬਾਈ ਦਾ ਗਾਣਾ ਤੁਸੀਂ ਉਹਦੇ 'ਚ ਸੁਣਿਆ ਫਿਲਮ ਦੇ ਵਿੱਚ, ਨਿੰਜੇ ਬਾਈ ਦਾ ਗਾਣਾ, ਹਿੰਮਤ ਵੀਰੇ ਦਾ ਗਾਣਾ, ਐਂਡ ਸਰਗੀ ਜੀ ਦਾ ਗਾਣਾ, ਉਹ ਹਜੇ ਤੁਸੀਂ ਹਜੇ ਰਿਲੀਜ਼ ਕਰਨੇ ਆ ਅਸੀਂ, ਐਂਡ ਦੀਪਕ ਢਿੱਲੋਂ ਜੀ ਦਾ, ਜੈਸਮੀਨ ਅਖਤਰ ਜੀ ਦਾ, ਰੀਅਲੀ ਥੈਂਕਫੁਲ। ਹਾਂਜੀ ਹਜੇ ਬੰਨ, ਮੈਂ ਚਾਹੁੰਦਾ ਸਾਰੇ ਲੋਕ ਉਹਨੂੰ ਪਸੰਦ ਕਰਨ, ਉਹਨੂੰ ਦੇਖਣ, ਦੈਨ ਉਸ ਤੋਂ ਬਾਅਦ, ਕਿਉਂਕਿ ਹਜੇ ਤਾਂ ਮੈਨੂੰ ਲੱਗਦਾ ਕਿ ਕੋਈ ਕਹਿੰਦਾ ਸ਼ੂਟਰ 2 ਵੀ ਬਣਾਓ, ਮੈਡਲ 2 ਵੀ ਬਣਾਓ, ਪਰ ਸਾਡਾ ਪਹਿਲਾ ਪਰਪਸ ਇਹ ਹੁੰਦਾ ਫਿਲਮ ਵਧੀਆ ਲੋਕੀ ਪਸੰਦ ਕਰਨ। ਇਹ ਮਿਊਚੁਅਲ ਡਿਸੀਜਨ ਸੀਗਾ, ਬਟ ਇੱਦਾਂ ਨਹੀਂ ਸੀਗਾ ਕਿ ਇਕੱਲਾ ਮੈਂ ਕੁਛ ਕਰ ਲੈਂਦਾ, ਸਾਰੇ ਟੀਮ ਬਹਿ ਕੇ ਆਪਾਂ ਡਿਸਾਈਡ ਕਰਦੇ ਕਿ ਟਰੈਕਟਰ 'ਤੇ ਆਉਣਾ, ਫਿਰ ਉਹ ਟਰੈਕਟਰ 'ਤੇ ਫਿਰ ਉਹ ਚੀਜ਼ਾਂ ਵਿੱਚ ਇੱਦਾਂ ਟੀਮ ਦੇ ਵਿੱਚ ਡਿਸਕਸ਼ਨ ਕਰਕੇ ਫਿਰ ਹੁੰਦਾ। ਹਾਂਜੀ ਹਾਂਜੀ, ਉਹ ਮੈਨੂੰ ਮਜ਼ਾ ਆਉਂਦਾ ਯਾਰ ਪੁਰਾਣੇ ਡਾਇਲੋਗ ਨੂੰ ਨਾ ਦੁਬਾਰਾ ਰੀਕ੍ਰੀਏਟ ਕਰਕੇ, ਜਿੱਦਾਂ ਗਾਣੇ ਰੀਕ੍ਰੀਏਟ ਕਰੀਦੇ ਆ,
ਸੋ ਪਿਛਲੀ ਫਿਲਮ 'ਚ ਰਾਜ ਕਰਨਾ ਰਾਜ ਸੀਗਾ, ਇਹਦੇ 'ਚ ਇਹ ਸੀਗਾ ਕਿ ਲੱਕੜ ਦੇ ਬਾਲਿਆਂ ਦੇ ਪੁੱਤ ਘਰਾਂ ਦੀਆਂ ਛੱਤਾਂ ਟਿੱਕੀਆਂ ਹੁੰਦੀਆਂ, ਬੰਦਾ ਮਾਰਨ ਲਈ ਸਰੀਰ ਨਹੀਂ ਡਿੱਗਣਾ ਚਾਹੀਦਾ। ਹਾਂਜੀ, ਸਿਚੁਏਸ਼ਨ ਦੇ ਹਿਸਾਬ ਨਾਲ ਹੀ। ਐਂਡ ਉਹ ਮੈਨੂੰ ਲੱਗਦਾ ਕਿ ਹਰ ਬੰਦੇ ਨਾਲ ਢੁੱਕਦੀ ਗੱਲ ਹੀ ਆ ਕਿ ਇੰਨੇ 10 ਬੰਦੇ ਖੜ੍ਹੇ ਹੋਣ ਅਤੇ ਇੱਕ ਬੰਦਾ ਬਹੁਤ ਜਿੱਦਾਂ ਜਿਹੜਾ ਬਹੁਤ ਡੌਲਿਆਂ ਵਾਲਾ ਬੰਦਾ ਨਹੀਂ ਹੈਗਾ ਉਹ ਸਾਹਮਣੇ ਖੜੂਗਾ, ਤਾਂ ਪਹਿਲੀ ਗੱਲ ਇਹ ਆਉਂਦੀ ਹੈ ਕਿ ਇਹ ਤਾਂ ਪਤਲਾ ਜਿਹਾ, ਇਹ 'ਚ ਕੋਈ ਮਤਲਬ ਕੋਈ ਡਾਇਲੋਗ ਨਹੀਂ ਹੈਗਾ, ਇਹ ਤਾਂ ਰਿਐਲਿਟੀ ਹੈ। ਮੈਂ ਸਾਰਾ ਕੁਝ ਆਡੀਅੰਸ 'ਤੇ ਛੱਡਦਾ ਕਿਉਂਕਿ ਐਕਟਰ ਦੀ ਕੋਸ਼ਿਸ਼ ਹੁੰਦੀ ਹੈ ਕਿ ਵੱਖਰੀਆਂ ਵੱਖਰੀਆਂ ਚੀਜ਼ਾਂ ਕਰਨੀਆਂ, ਪਰ ਉਹਨਾਂ ਨੂੰ ਪਸੰਦ ਕਰਨਾ ਉਹ ਦਰਸ਼ਕ ਦੱਸਦੇ ਹੁੰਦੇ ਆ। ਸੋ ਜੇ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਇੱਦਾਂ ਦੀਆਂ ਚੀਜ਼ਾਂ ਚਾਹੀਦੀਆਂ ਤਾਂ ਡੈਫੀਨੇਟਲੀ 100%। ਕਿਹੜਾ ਕਿਹੜਾ? ਨਹੀਂ ਨਹੀਂ ਇਹ ਜਿੱਦਾਂ ਪਤਾ ਨਹੀਂ ਉੱਦਾਂ ਹੀ ਆਇਆ ਸੀ ਆਈਡੀਆ, ਕੋਈ ਇੱਦਾਂ ਨਹੀਂ ਕੋਟ ਬਣਨੇ ਦੇਣਾ ਸੀ। ਮੈਂ ਕਿਹਾ ਯਾਰ ਉਹਦੇ 'ਤੇ ਕੁਛ ਲਿਖਾ ਲੈਂਦੇ ਹਾਂ, ਕੀ ਲਿਖਾਈਏ, ਕਹਿੰਦੇ ਰਾਜ ਕਰਨਾ ਰਾਜ, ਤਾਂ ਫਿਰ ਉਹ ਮਤਲਬ ਇੱਦਾਂ ਕਿਸੇ ਦਾ ਆਈਡੀਆ ਨਹੀਂ, ਉੱਦਾਂ ਹੀ ਆਇਆ ਸੀ। ਨਹੀਂ ਪਿੰਨੀਆਂ ਨਹੀਂ ਬਣਾਉਣੀਆਂ, ਫਿਲਮ 'ਚ ਵੀ ਨਹੀਂ ਬਣਾਈਆਂ, ਫਿਲਮ 'ਚ ਵੀ ਪਾਸਤਾ ਇਹਨਾਂ ਨੂੰ ਪਸੰਦ ਨਹੀਂ ਹੈ, ਪਾਸਤਾ ਖਾਂਦੇ ਨਹੀਂ ਹੈ, ਇਹ ਟਾਈਟ ਵਾਲੀਆਂ ਚੀਜ਼ਾਂ ਖਾਂਦੇ ਨੇ। ਹਾਂ ਮੇਰੀ ਮੰਮੀ ਨੂੰ ਲੈ ਕੇ ਆਉਗੀ। ਹਾਂ ਚਲੋ ਡਨ ਹੋ ਗਈ ਗੱਲ। ਵੈਸੇ ਦੀਪ ਜੀ ਤੋਂ ਪਾਸਤੇ ਵਾਲੀ ਪੂਰੀ ਹੈ ਕਿ ਉਦਾਂ ਜੀ ਨਹੀਂ? ਮੈਨੂੰ ਪਰੌਂਠੇ ਬਹੁਤ ਸਵਾਦ ਆ, ਮੰਮੀ ਮੇਰੇ ਨਾਲ ਆਏ ਨੇ ਅਤੇ ਮੰਮੀ ਦੇ ਹੱਥ ਦੀ ਪਰੌਂਠੀ ਮੈਨੂੰ ਹਮੇਸ਼ਾ ਖਾਣੀ ਬਹੁਤ ਪਸੰਦ ਹੁੰਦੀ ਹੈ, ਮਤਲਬ ਮੈਂ ਪੰਜਾਬੀ ਫੂਡ ਜ਼ਿਆਦਾ ਲਾਈਕ। ਐਂਡ ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ ਮਨੀਸ ਸਰ ਦਾ, ਜਿਨ੍ਹਾਂ ਨੇ ਮੇਰੇ 'ਤੇ ਬਿਲੀਵ ਕੀਤਾ। ਮੈਂ ਸੱਚੀ ਰਾਈਟ ਨਾਓ ਬਹੁਤ ਜ਼ਿਆਦਾ ਇਮੋਸ਼ਨਲੀ ਫੀਲ ਕਰ ਰਹੀ ਹਾਂ। ਐਂਡ ਥੈਂਕਸ ਟੂ ਥਿਨ ਮੋਸ਼ਨ ਜਿਨ੍ਹਾਂ ਨੇ ਮੇਰੇ 'ਤੇ ਬਿਲੀਵ ਦਿਖਾਇਆ, ਥੈਂਕਸ ਟੂ ਜੈਬ ਪ੍ਰੋਡਕਸ਼ਨ ਕਿ ਇੱਕ ਨਿਊ ਕਮਰ ਆਰਟਿਸਟ ਨੂੰ ਤੁਸੀਂ ਜਦੋਂ ਇੱਕ ਪਲੈਟਫਾਰਮ ਦਿੰਦੇ ਹੋ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਐਂਡ ਥੈਂਕਸ ਟੂ ਗੈਰੀ ਭਾਅ ਜੀ, ਪੂਰੀ ਮੂਵੀ ਦੇ ਵਿੱਚ ਇਹਨਾਂ ਨੇ ਹਰ ਚੀਜ਼ ਦੇ ਵਿੱਚ ਹੈਲਪ ਕੀਤੀ ਹੈ, ਚਾਹੇ ਕੋਸਟਿਊਮ ਤੋਂ ਲੈ ਕੇ ਚਾਹੇ ਸਕ੍ਰਿਪਟ ਤੋਂ ਲੈ ਕੇ। ਸੋ ਥੈਂਕਸ ਟੂ ਹਿਮ ਐਂਡ ਥੈਂਕਸ ਟੂ ਇੰਟਾਇਰ ਟੀਮ, ਜਿਹੜੀ ਵੀ ਸਾਡੀ ਸਟਾਰ ਕਾਸਟ ਹੈ, ਮੈਂ ਸਾਰਿਆਂ ਦਾ ਬਹੁਤ ਦਿਲੋਂ ਥੈਂਕ ਯੂ ਕਰਦੀ ਹਾਂ। ਥੈਂਕ ਯੂ ਜੈ। ਮੈਂ ਚਾਹੁੰਦਾ ਕਿ ਤੁਸੀਂ ਸਾਰੇ ਇੱਕ ਵਾਰੀ ਅਮਨ ਵੀਰੇ ਨੂੰ, ਚੰਨੀ ਜੀ ਨੂੰ, ਅਭੇ ਭਾਜੀ ਦਾ ਆਪਾਂ ਪਹਿਲੀ ਵਾਰੀ ਉਹਨੇ ਪੰਜਾਬੀ ਇੰਡਸਟਰੀ 'ਚ ਕੰਮ ਕੀਤਾ, ਸੋ ਤੁਸੀਂ ਉਹਨਾਂ ਨਾਲ ਵੀ ਥੋੜ੍ਹੀ ਗੱਲ ਕਰੋ। ਆ ਜਾਓ ਪਲੀਜ਼, ਆਓ ਭਾਈ, ਆਓ ਭਾਜੀ, ਆਓ ਅਮਨ ਭਾਈ, ਹਾਂਜੀ ਹਾਂਜੀ ਹਾਂਜੀ, ਆਓ ਭਾਈ। ਹਾਂਜੀ ਉਹ ਤਾਂ ਪਿਆ ਹੀ ਹੁੰਦਾ ਜੀ। ਖੁਸ਼ ਹੋ? ਨਹੀਂ ਸਰ, ਨਹੀਂ ਨਹੀਂ, ਮਾਇੰਡ ਬਲੋਇੰਗ ਫਿਲਮ, ਜਿਸ ਤਰੀਕੇ ਦੀ ਟੇਕਿੰਗ ਹੈ, ਜਿਸ ਤਰੀਕੇ ਦਾ ਫਿਲਮ ਦਾ ਰਿਦਮ ਹੈ, ਫਿਲਮ ਅਪ ਡਾਊਨ ਅਪ ਡਾਊਨ ਅਪ ਡਾਊਨ, ਐ ਨਹੀਂ ਹੈ ਕਿ ਇੱਕ ਹੀ ਪੇਸ 'ਤੇ ਚੱਲ ਰਹੀ, ਇੱਕਦਮ ਉੱਤੇ ਇੱਕਦਮ ਥੱਲੇ ਇੱਕਦਮ ਉੱਤੇ ਇੱਕਦਮ ਥੱਲੇ। ਬਹੁਤ ਮਜ਼ਾ ਆਇਆ ਫਿਲਮ ਦੇਖ ਕੇ, ਬਹੁਤ ਵਧੀਆ ਫਿਲਮ ਬਣੀ, ਬਹੁਤ ਵਧੀਆ। ਹਾਂਜੀ ਨੈਨੀ ਸਾਹਿਬ, ਬਹੁਤ 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 ਐਕਸਪੀਰੀਅੰਸ ਗੁੱਡ। ਹਾਂਜੀ ਹਾਂਜੀ ਹਾਂਜੀ, ਅੱਗੇ ਵੀਰੇ, ਅੱਗੇ ਆ ਗਿਆ ਮੈਂ, ਅੱਗੇ ਕਿੱਥੇ ਆ ਗਿਆ ਵੀਰੇ? ਹਾਂਜੀ ਹਾਂਜੀ ਵੀਰੇ, ਐਕਸਪੀਰੀਅੰਸ ਬਹੁਤ ਵਧੀਆ ਵੀਰੇ। ਨਹੀਂ ਨਹੀਂ ਸਾਰੇ ਵਧੀਆ ਜੀ। ਹਾਂਜੀ ਹਾਂਜੀ ਸਾਰੇ ਵਧੀਆ। ਹਾਂਜੀ
ਫਿਲਮ ਫੁੱਲੀ ਪੈਕੇਜ ਆ ਫਿਲਮ ਦਾ, ਐਕਸ਼ਨ ਦੇ ਨਾਲ ਨਾਲ ਸਟੋਰੀ ਲਾਈਨ ਵੀ ਆ। ਆਪਾਂ ਕਹਿੰਦੇ ਹਾਂ ਕਿ ਬੋਲੀਵੁੱਡ 'ਚ ਬਣਦੀਆਂ ਜਾਂ ਸਾਊਥ 'ਚ ਬਣਦੀਆਂ, ਹੁਣ ਆ ਗਈ ਆ ਪੰਜਾਬੀ 'ਚ, ਅਤੇ ਹੁਣ ਉੱਦਾਂ ਹੀ ਸਪੋਰਟ ਕਰੋ ਜਿੱਦਾਂ ਉਹਨਾਂ ਨੂੰ ਕਰਦੇ ਆ। ਮੈਂ ਤਾਂ ਨਹੀਂ ਕਹੂੰਗਾ, ਬਹੁਤ ਵਧੀਆ। ਫਸਟ ਆਫ ਆਲ ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ, ਤੁਸੀਂ ਆਏ ਇੰਨਾ ਸਪੋਰਟ ਕੀਤਾ। ਔਰ ਥਿੰਕ ਮੋਸ਼ਨ ਔਰ ਜੈਬ ਸਟੂਡੀਓਜ਼ ਦੀ ਇਹ ਫਿਲਮ ਹੈ, ਔਰ ਜੈਬ ਸਟੂਡੀਓਜ਼ ਦੀ ਪਹਿਲੀ ਫਿਲਮ ਹੈ, ਔਰ ਇਸ ਤੋਂ ਜ਼ਿਆਦਾ ਅੱਛੀ ਮੈਨੂੰ ਲੱਗਦਾ ਨਹੀਂ ਕਿ ਬਣ ਸਕਦੀ ਸੀ। ਮੈਨੂੰ ਸਟੋਰੀ ਬਹੁਤ ਅੱਛੀ ਲੱਗੀ, ਮੈਂ ਐਜ਼ ਅ ਪ੍ਰੋਡਿਊਸਰ ਵੀ ਐਜ਼ ਐਨ ਆਡੀਅੰਸ ਕਹਿ ਰਹੀ ਹਾਂ, ਸਟੋਰੀ ਬਹੁਤ ਅੱਛੀ ਲੱਗੀ ਮੈਨੂੰ, ਕੰਟੈਂਟ ਬਹੁਤ ਅੱਛਾ ਲੱਗਾ, ਮਿਊਜ਼ਿਕ ਬਹੁਤ ਅੱਛਾ ਲੱਗਾ, ਸਾਰਿਆਂ ਨੇ ਕੰਮ ਬਹੁਤ ਅੱਛਾ ਕੀਤਾ। ਔਰ ਮੈਂ ਤੁਹਾਨੂੰ ਪਹਿਲੀ ਵਾਰ ਮਿਲੀ ਹਾਂ, ਪਰ ਮੈਂ ਦੱਸਣਾ ਚਾਹੁੰਦੀ ਕਿ ਮੈਨੂੰ ਤੁਹਾਡਾ ਕੰਮ ਬਹੁਤ ਅੱਛਾ ਲੱਗਾ। ਔਰ ਜੈ ਔਰ ਮਨੀਸ਼ ਭਾਜੀ ਦੀ ਤਾਂ ਜਦੋਂ ਵੀ ਸਕਰੀਨ ਦੇ ਉੱਤੇ ਜੋੜੀ ਨੇ ਆਉਣਾ, ਉਹਨਾਂ ਨੇ ਮੈਂ ਪਹਿਲੀ ਵੀ ਕਿਹਾ ਸੀ ਮੈਜਿਕ ਕਰਨਾ ਹੀ ਸੀ, ਉਹ ਹੁਣ ਵੀ ਕੀਤਾ, ਵੀਰ ਵੀ ਨੇ ਪਹਿਲੀ ਫਿਲਮ ਸੀ ਉਹਨੇ ਵੀ ਬਹੁਤ ਅੱਛਾ ਕੀਤਾ। ਆਈ ਐਮ ਫੀਲਿੰਗ ਸੋ ਪ੍ਰਾਊਡ, ਮਾਈ ਹਸਬੈਂਡ ਹੀ ਜਸਟ ਲਿਸਨ ਟੂ ਮੀ ਐਂਡ ਹੀ ਵਿਲ ਜਸਟ Thanks everyone, thanks for your time and support, and thank you to Thind Motion Film and mera vadda veer Daljeet Thind jinna ne opportunity ditti inne vadhiya project naal judan layi, te thank you very much saryan da, please film nu bahut pyar dio, thank you.